माई ने पहले करके रख देने, उन्हें पता कि नहीं आगे ना लड़ना। आप तो कारण साड़ी वीडियो बना लग पे खाते दी वीडियो नहीं बनाई गई मेरे पींदे दी बना सकने। मैं तो तेरे हास बेहाल सुन रहे हैं जड़ा तेरे ना बीती है ये तू यूट्यूब से नहीं बोला साड़ा तो पाया सी ना बिना शर्टा तू की पाया सी वो तो कंदर खाना सी मैं तो दोबारा काम कर रहा खाना खा। हाँ जी तो ये भी पहेगा खाना खा रहे अभी फ्राई पैन फ्राई पैन नहीं बेचा है तुसी ऐवें कह के लोगों को ये ना दसो कि फ्राई पैन दिखा दे फ्राई पैन भी ਇੱਥੇ ਤਾਂ ਉਹ ਹਾਲ ਇਹਨਾਂ ਦਾ ਕਿਆ ਅੰਮਾ ਦੇਵੀ ਥੋੜ੍ਹਾ ਅਤੇ ਦੇਵੀ ਦੌਰੇ 'ਚ ਲੋੜੀ ਜੈਰੀ ਦੇ ਕੈਮ 'ਤੇ ਇਹਦੇ ਫਰਾਈ ਪੈਨ 'ਤੇ ਫਿਰ ਵੀ ਨਹੀਂ ਲੱਗਣ ਡਿਆ ਕੜਾਹੀ ਲੱਗਣ ਡਈ ਹੈ ਮੈਨੂੰ ਐਸਾ ਲੱਗ ਰਿਹਾ ਕਿ ਮੈਂ ਰਿਹਾ ਹਾਂ ਤੇਰੀ ਵੀਡੀਓ 'ਤੇ ਮੈਂ ਤਾਂ ਵੈਸੇ ਬਹੁਤ ਆਊਟ ਕਲਾਸ ਲੱਗ ਰਿਹਾ ਕਿ ਪਤਾ ਨਹੀਂ ਕੀ ਬਣਾ ਖਾ ਰਿਹਾ ਮੁੰਡਾ ਇਹ ਹੈਗਾ ਸਰੀਦ ਅਫਗਾਨੀ ਡਿਸ਼ ਹੈ ਇਹਦਾ ਨੁਸਖਾ ਕੀ ਹੈ ਜੀ ਇਸੇ ਕਹਤੇ ਹੈ ਸ਼ੋਲਾ ਸ਼ੋਲਾ ਡਿਸ਼ ਅੱਛਾ ਕਿਸ ਤਰ੍ਹਾਂ ਬਣਦੀ ਹੈ ਭਾਈ ਜਾਨੇ ਕਿਸ ਤਰ੍ਹਾਂ ਉਹਦੇ ਵਿੱਚ ਛੋਲੇ ਕਿਵੇਂ ਜਾਂਦੇ ਆ ਮਿੰਟ ਚ ਠੀਕ ਹੋ ਗਿਆ ਇਹ ਕਿਹੜਾ ਕੋਈ ਔਖੀ ਗੱਲ ਹੈ ਵੈਰੀ ਵਧੀਆ ਉਹ ਜਿਹੜਾ ਉਹ ਉੱਥੇ ਹੀ ਰੱਖ ਕੇ ਪਕਾਉਂਦੇ ਨੇ ਉੱਤੇ ਅੱਗ ਲਾ ਕੇ ਕੀ ਭਲਾ ਆਹ ਕਦੀ ਖਾਧਾ ਮੈਂ ਮੋਰ ਲੈ ਅਫਗਾਨੀਆਂ ਨੇ ਤਾਂ ਮੈਂ ਸਾਰੀਆਂ ਖਾਧੀਆਂ ਸ਼ਾਇਦ ਉਹ ਉੱਥੇ ਬੜਾ ਸਭ ਨੂੰ ਮਜ਼ੇਦਾਰ ਕਿਹੜੀ ਸ਼ਾਇਦ ਸੀਗੀ ਹੋਟਲ ਲਾਈਨ ਦਾ ਕੰਮ ਸਭ ਨੂੰ ਮਜ਼ੇਦਾਰ ਕਿਹੜੀ ਸ਼ਾਇਦ ਸੀਗੀ ਅਫਗਾਨੀ ਪੀਜ਼ਾ ਸ਼ੋਪ 'ਚ ਵੀ ਬਣੇ ਨੇ ਅਤੇ ਆਹ ਖਾਣ ਪੀਣ ਦੇ ਮਾਮਲੇ 'ਚ ਹਾਂਜੀ ਖਾਣ ਪੀਣ ਦੇ ਮਾਮਲੇ 'ਚ ਸਭ ਨੂੰ ਮਜ਼ੇਦਾਰ ਕਿਹੜੀ ਸ਼ਾਇਦ ਸੀਗੀ ਸਭ ਤੋਂ ਮਜ਼ੇਦਾਰ ਲੱਗਦੀ ਸੀ ਮੁੰਜੇ ਉਨ੍ਹਾਂ ਅਫਗਾਨੀ ਰਾਈਸ ਅਤੇ ਸਾਥ ਮੈਂ ਉੱਥੇ ਸੀ ਪਾਲਕ ਉਬਲੀ ਹੋਈ ਔਰ ਸਾਥ ਮੈਂ ਉੱਥੇ ਸੀ ਉਸ ਕੇ ਅੰਦਰ ਗੋਸ਼ਤ ਕੀ ਬੋਟੀ ਹੈ ਬੜੀ ਬੜੀ ਕਿਤਨੀ ਬੜੀ ਯਾਰ ਉੱਥੇ ਉੱਥੇ ਨਮਕ ਵਾਲਾ ਗੋਸ਼ਤ ਖਾਧਾ ਉਹਨਾਂ ਦਾ ਅਫਗਾਨੀ ਪਲਾਓ ਮੇਰੇ ਬੋਸ ਦੋਨੇ ਜਿਹੜੇ ਅਫਗਾਨੀ ਸੀ ਉਹ ਹਰ ਹੀ ਤਾਂ ਘਰ ਬਣਵਾਉਂਦੇ ਘਰ ਦਾਵਤ ਕਰਦੇ ਹੁੰਦੇ ਸਾਡੇ ਉਹਨਾਂ ਨਾਲ ਉਹ ਜਿਹੜਾ ਬਣਾਉਂਦੇ ਸੀ ਨਾ ਮਤਲਬ ਉਹ ਤਕਰੀਬਨ ਅੱਧਾ ਕਿਲੋ ਦੀ ਇੱਕ ਹੀ ਇੱਕ ਬੋਟੀ ਹੁੰਦੀ ਬਾਕੀ ਉਹਦੇ ਤੁਸੀਂ ਯਕੀਨ ਕਰੋ ਮਿੰਜ ਕਰਕੇ ਫੜੀ ਐਂ ਨੱਥਦੀ ਹੈ ਉਹ ਉਨਾ ਉਨਾ ਹੀ ਸਾਣਾ ਜਿੰਨਾ ਹੀ ਸਤੋ ਲੱਗੂ ਵੀ ਜਾਣਾ ਸਿੰਧ ਬੜਾ ਖਾਧਾ ਬਹੁਤ ਸੌ ਅਫਗਾਨੀਆਂ ਦੇ ਹੋਟਲ ਸੀ ਉੱਥੇ ਸਾਈਡ ਲੈਣ 'ਤੇ ਜਿੱਦਣ ਵੀ ਬਾਹਰ ਜਾਂਦਾ ਸੀਗਾ ਮੈਂ ਉੱਥੋਂ ਹੀ ਖਾ ਕੇ ਆਉਂਦਾ ਸੀ ਖਾਣਾ ਉਹਨਾਂ ਕੋਲ ਜਿੱਦਣ ਮੈਨੂੰ ਪਤਾ ਹੁੰਦਾ ਸੀ ਨਾ ਮੈਂ ਬਾਹਰ ਜਾਣਾ ਮੈਂ ਲਾੜ ਕਰਨੇ ਕਦੀ ਨਾਸ਼ਤਾ ਨਹੀਂ ਸੀ ਉੱਥੇ ਖਾਣਾ ਨਹੀਂ ਸੀ ਮਤਲਬ ਅੱਛਾ ਇਹ ਜੋ ਪੀ ਰਹੇ ਹੋ ਇਹ ਪਾਣੀ ਨਹੀਂ ਹੈ ਇਹ ਵਾਟਰ ਹੈ ਸਪੈਸ਼ਲ ਮਿਨਰਲ ਵਾਟਰ ਹੈ ਅਫਗਾਨੀਆਂ ਦੇ ਉੱਤੇ ਬੋਸ ਸੀ ਨਾ ਉਹਨਾਂ ਦੇ ਐਡੀ ਕੜਾਹੀ ਹੁੰਦੀ ਸੀ ਐਡੀ ਚੌਲਾਂ ਦੇ ਨਾ ਇਹ ਤਾਂ ਤਿਆਰ ਕਰਨੀ ਚੌਲ ਤਿਆਰ ਕਰਕੇ ਵਿੱਚ ਉਹਨੇ ਗੋਸ਼ਤ ਦੀ ਐਡੀ ਹੱਡੀ ਰੱਖ ਕੇ ਨਾ ਪੂਰਾ ਪੀਸ ਅੰਦਰ ਅਤੇ ਉੱਤੇ ਚਾਵਲ ਉੱਤੇ ਦਾਖਾਂ ਗਾਜਰਾਂ ਫਿਰ ਉਹਨੇ ਉੱਤੇ ਬਦਾਮ ਵੀ ਸਿੱਟਣੇ ਅਤੇ ਕਾਜੂ ਸ਼ਾਜੂ ਸਿੱਟ ਕੇ ਉੱਥੇ ਬੜਾ ਮਾਹੌਲ ਬਣਾਉਂਦੇ ਸੀ ਈਦ 'ਤੇ ਈਦ ਵੈਸੇ ਕਿਤੇ ਘਰ ਪੱਕੇ ਹੁਣ ਤਾਂ ਉਹਨੇ ਕਦੇ ਕਦੇ ਲੈਣ ਉਹਨੂੰ ਪਤਾ ਸੀ ਜੈਰੀ ਖਾਂਦਾ ਮੇਰਾ ਬੋਸ ਜਿਹੜਾ ਪਾਲਕ ਬੜੀ ਸਵਾਦੀ ਲੱਗਦੀ ਸੀ ਜੈਰੀ ਤੂੰ ਉੱਥੇ ਰਿਹਾ ਵਾ ਜਿਹੜੇ ਉੱਥੇ ਦੇ ਲੋਕਲ ਲੋਕ ਨੇ ਉਹਨਾਂ ਦੇ ਖਾਣ 'ਚ ਅਤੇ ਪਠਾਣਾਂ ਦੇ ਖਾਣ 'ਚ ਆਪਣੇ ਖਾਣ 'ਚ ਅਤੇ ਅਰਬੀਆਂ ਦੇ ਖਾਣ 'ਚ ਕਿੰਨਾ ਫਰਕ ਆ ਮਤਲਬ ਇੱਕ ਸਾਈਡ 'ਤੇ ਲਾ ਲਾ ਕਿ ਉਹ ਲੋਕ ਨੇ ਜਿਹੜੇ ਉੱਥੇ ਦੇ ਲੋਕਲ ਨੇ ਕ੍ਰਿਸਚਨ ਲੋਕਲ ਤਾਂ ਉੱਥੇ ਦੇ ਖਾਂਦੇ ਹੀ ਨਹੀਂ ਬਣਾਉਂਦੇ ਹੀ ਨਹੀਂ ਉਹਨਾਂ ਖਾਣੀ ਸਿਰਫ ਬਰਗਰ ਪੀਜ਼ੇ ਹੋਰ ਕੁਛ ਅਸੀਂ ਅਸੀਂ ਲੋਕ ਜਿਹੜੇ ਅਸੀਂ ਲੋਕ ਐਸੇ ਅਸੀਂ ਆਲ ਇਨ ਵਨ ਅਸੀਂ ਲੋਕ ਨਾ ਬੇਸਿਕਲੀ ਮਤਲਬ ਹਰ ਚੀਜ਼ ਖਾ ਲੈਣੀ ਹਾਂ ਹਰ ਸ਼ੈ ਖਾ ਲੈਣੀ ਹੈ ਖਾ ਵੀ ਲੈਣੀ ਆ ਔਰ ਸਾਡੇ 'ਚ ਇੱਕ ਚੀਜ਼ ਬੜੀ ਹੁੰਦੀ ਆ ਕਿ ਯਾਰ ਖਾਣਾ ਘਟਣਾ ਨਹੀਂ ਚਾਹੀਦਾ ਘਟਣਾ ਨਹੀਂ ਚਾਹੀਦਾ ਬਹੁਤ ਜ਼ਿਆਦਾ ਮਤਲਬ ਅਸੀਂ ਬਣਾਉਂਦੇ ਵੀ ਅਤੇ ਖਾਂਦੇ ਅਫਗਾਨੀ ਵੀ ਇਸੇ ਤਰ੍ਹਾਂ ਨੇ ਅਰਬੀ ਵੀ ਇਸੇ ਤਰ੍ਹਾਂ ਨੇ ਖਾਣਾ ਵੱਧ ਜ਼ਿਆਦਾ ਬਣਾਉਂਦੇ ਨੇ ਪਰ ਇਹ ਹੈ ਕਿ ਅਸੀਂ ਲੋਕ ਜਿਸ ਢੰਗ 'ਚ ਬੈਠੇ ਨੇ ਜਿਸ ਮਹਿਫਲ 'ਚ ਬੈਠੇ ਸੀ ਉਸ ਮਹਿਫਲ 'ਚ ਢਾਲੇ ਜਾਂਦੇ ਸਾਡੀ ਜੋ ਚੀਜ਼ ਨਹੀਂ ਹੈ ਹੱਥ ਨਾਲ ਖਾ ਰਹੇ ਸੀ ਹੱਥ ਨਾਲ ਸ਼ੁਰੂ ਕਰਨਾ ਫੋਗ ਜਾਂ ਨਾ ਸਪੂਨ ਨਾਲ ਖਾ ਰਹੇ ਸੀ ਸਪੂਨ ਨਾਲ ਖਾਣਾ ਸ਼ੁਰੂ ਕਰ ਦੇਣਾ
ਖਾਣ ਪੀਣ ਦੇ ਉਹ ਵੀ ਬੜੇ ਸ਼ਦਾਈ ਨੇ ਅਫਗਾਨੀ ਅਫਗਾਨੀ ਨਹੀਂ ਲੇਕਿਨ ਮੈਂ ਉਹਨਾਂ ਦੀ ਗੱਲ ਕਰਾਂ ਕਿ ਉਹ ਲੋਕ ਨਹੀਂ ਹੈ ਇੰਨਾ ਖਾਣੇ ਦੇ ਉੱਤੇ ਬਰਗਰ ਹੈ ਜਾਂ ਪੀਜ਼ਾ ਵਟ ਐਵਰ ਮਤਲਬ ਉਹਨਾਂ ਨੇ ਰੈਡੀਮੇਡ ਚੀਜ਼ਾਂ ਨੂੰ ਜ਼ਿਆਦਾ ਤਰਜੀਹ ਦੇ ਉਹ ਚੱਲ ਠੀਕ ਹੈ ਟਾਈਮ ਬਚਦਾ ਪਿਆ ਕਿ ਉਹ ਨਿਕਲ ਜਾਓ ਸਾਡੇ ਕੋਲ ਮਾਸ਼ਾਅੱਲਾ ਟਾਈਮ ਹੁੰਦਾ ਖੁੱਲ੍ਹਾ ਫ੍ਰੀ ਅਸੀਂ ਫਿਰ ਤਸੱਲੀ ਨਾਲ ਬਣਾਉਂਦੇ ਹਾਂ ਅਤੇ ਤਸੱਲੀ ਨਾਲ ਬਹਿ ਕੇ ਖਾਈਦਾ ਖਾਈਦਾ ਉਹ ਲੋਕ ਸਿਰਫ ਸਿਰਫ ਬਣਾਉਣਗੇ ਕ੍ਰਿਸਮਿਸ ਦੇ ਦਿਨ ਖਾਸ ਖਾਸ ਜਿਹੜਾ ਇਹਨਾਂ ਦਾ ਈਵੈਂਟ ਹੋਣਾ ਕ੍ਰਿਸਮਿਸ ਉਹਨਾਂ ਦੇ ਉਹਦੇ ਉਸ ਦਿਨ ਉਹਨਾਂ ਨੇ ਘਰ ਦੇ ਵਿੱਚ ਸਭ ਲੋਕਾਂ ਨੇ ਸਾਰੇ ਨਹੀਂ ਕੁਛ ਲੋਕਾਂ ਨੂੰ ਉਹਨਾਂ ਨੇ ਘਰ ਦੇ ਅੰਦਰ ਕੁਕਿੰਗ ਕਰਨੀ ਹੈ ਵਰਨਾ ਪੀਜ਼ਾ ਹੀ ਚੱਲਦਾ ਪੀਜ਼ਾ ਬਰਗਰ ਜਾਂ ਕੋਈ ਬਾਹਰੋਂ ਖਾ ਲਿਆ ਸਰ ਪਹਿਲਾਂ ਦੁਨੀਆਂ ਦੇ ਇਹਨਾਂ ਪਿੱਛੇ ਜੀ ਦੁਨੀਆਂ ਦੇ ਦੋ ਤਾਕਤਵਰ ਤਰੀਨ ਲੋਕ ਮਿਲੇ ਸੀ ਅਮਰੀਕਾ ਦੇ ਅੰਦਰ ਜਿਹਦੇ 'ਚ ਇੱਕ ਬਰਾਕ ਓਬਾਮਾ ਸੀ ਔਰ ਇੱਕ ਪਿਊਟਨ ਸੀ ਪੁਟਨ ਸੀ ਜਾਂ ਇਹ ਖੈਰ ਉਹ ਰਸ਼ੀਅਨ ਸਦਰ ਸੀਗਾ ਅਤੇ ਉਹ ਦੋ ਲੋਕਾਂ ਦੀ ਮੀਟਿੰਗ ਸੀ ਵਾਈਟ ਹਾਊਸ ਦੇ ਅੰਦਰ ਅਤੇ ਵਾਈਟ ਹਾਊਸ 'ਚੋਂ ਉਹ ਨਿਕਲੇ ਨੇ ਦੋ ਲੋਕ ਦੋਨੋਂ ਹੀ ਲੰਚ ਦਾ ਟਾਈਮ ਸੀ ਉਹ ਯਕੀਨ ਕਰੋ ਗਏ ਨੇ ਅਤੇ ਜਾ ਕੇ ਉਹਨਾਂ ਨੇ ਸਿਰਫ ਉੱਥੇ ਇੱਕ ਇੱਕ ਪੀਜ਼ਾ ਆਰਡਰ ਕੀਤਾ ਆਪ ਪੀਜ਼ਾ ਖਾ ਕੇ ਅਤੇ ਸੋਰੀ ਬਰਗਰ ਇੱਕ ਇੱਕ ਬਰਗਰ ਉਹਨਾਂ ਨੇ ਆਰਡਰ ਕੀਤਾ ਉੱਥੇ ਬਹਿ ਕੇ ਉਹਨਾਂ ਨੇ ਬਰਗਰ ਖਾਧਾ ਅਤੇ ਉਹ ਫਿਰ ਆ ਕੇ ਆਪਣੀ ਮੀਟਿੰਗ ਸ਼ੁਰੂ ਹੋ ਗਈ ਜਦਕਿ ਸਾਡੇ ਕੋਲ ਅਸੀਂ ਉਹਨਾਂ ਲੋਕਾਂ ਦੇ ਸਾਹਮਣੇ ਮਤਲਬ ਬਹੁਤ ਕੁਛ ਕਰਦੇ ਹਾਂ ਅਸੀਂ ਲੇਕਿਨ ਆਪਣੇ ਮੁਲਕ ਦੇ ਅੰਦਰ ਸਾਡਾ ਕੋਈ ਵੀ ਆ ਜਾਏ ਸਾਡੇ ਖਾਣੇ ਜਾਂ ਮਤਲਬ ਕੋਈ ਚੀਜ਼ਾਂ ਖਤਾ ਕਿ ਐਸਾ ਵੀ ਹੋਇਆ ਇੱਕ ਦਫ਼ਾ ਕਿ ਸਲਾਬ ਦੇ ਮਾਮਲੇ 'ਚ ਆਈ ਸੀ ਮੇਰਾ ਖਿਆਲ ਹੈ ਕਿ ਨਾ ਉਹਦਾ ਯਾਰ ਅਦਾਕਾਰਾ ਵਾ ਸਫੀਰ ਸੀ ਅੰਜਲੀਨਾ ਜੂਲੀ ਉਹ ਕੁਛ ਏਡ ਦੇਣ ਵਾਸਤੇ ਆਈ ਸੀ ਅਤੇ ਸਾਡੇ ਵਜ਼ੀਰ ਆਜ਼ਮ ਸੀ ਯੂਸਫ ਰਜ਼ਾ ਗਿਲਾਨੀ ਸਾਹਿਬ ਅਤੇ ਉਹਨਾਂ ਨੇ ਜਿਹੜਾ ਉਹਦੇ ਵਾਸਤੇ ਨਾਸ਼ਤਾ ਬਣਾਇਆ ਸੀ ਨਾ ਉਹਦੇ ਵਾਸਤੇ ਉਹਨਾਂ ਨੇ ਆਪਣੀ ਪੂਰੀ ਫੈਮਿਲੀ ਨੂੰ ਮੁਲਤਾਨ ਤੋਂ ਮਤਲਬ ਬਾਈ ਏਅਰ ਉਹਨਾਂ ਨੇ ਉਹਨਾਂ ਨੂੰ ਬੁਲਾਇਆ ਸੀ ਸਪੈਸ਼ਲ ਜਹਾਜ਼ 'ਤੇ ਅਤੇ ਉਹ ਨਾਸ਼ਤਾ ਵੇਖ ਕੇ ਅਤੇ ਉਹਦੇ ਅਲਫਾਜ਼ ਸਨ ਕਿ ਇੱਕ ਗਰੀਬ ਮੁਲਕ ਦਾ ਵਜ਼ੀਰ ਆਜ਼ਮ ਦਾ ਨਾਸ਼ਤਾ ਹੈ ਮੈਂ ਇਸ ਹਵਾਲੇ ਨਾਲ ਪੁੱਛ ਰਿਹਾ ਸੀ ਕਿ ਸਾਡੇ ਖਾਣ 'ਚ ਅਤੇ ਉਹਨਾਂ ਦੇ ਖਾਣ 'ਚ ਕਿੰਨਾ ਡਿਫਰੈਂਟ ਮਤਲਬ ਹੈ ਕਿ ਅਸੀਂ ਅਗਰ ਮੁਸਲਮਾਨ ਓਵਰਆਲ ਮੁਸਲਮਾਨ ਨਹੀਂ ਪਠਾਨ ਜ਼ਿਆਦਾਤਰ ਮੁਸਲਮਾਨ ਨੇ ਪਠਾਨ ਜਾਂ ਅਰਬੀ ਨੇ ਜਾਂ ਅਸੀਂ ਮਤਲਬ ਇਹ ਜਿਹੜਾ ਏਰੀਆ ਅਸੀਂ ਖਾਣੇ ਦੇ ਉੱਤੇ ਬਹੁਤ ਜ਼ਿਆਦਾ ਕੰਸਨਟ੍ਰੇਟ ਕਰਦੇ ਹਾਂ ਬਜਾਏ ਇਸ ਦੇ ਕਿ ਅਸੀਂ ਕਿਸੇ ਹੋਰ ਚੀਜ਼ ਦੇ ਉੱਤੇ ਕਰੀਏ ਹਾਂਜੀ ਖਾ ਖਾ ਕੇ ਸਾਡੇ ਜਨਾਬੇ ਲਈ ਐਵੇਂ ਕਹਾਂ ਹੈ ਹੋਏ ਨੇ ਅਤੇ ਕੰਮ ਸਾਡੇ ਕੋਲ ਕੋਈ ਨਹੀਂ ਹਮੇਸ਼ਾ ਅਸੀਂ ਬਸ ਮੈਂ ਤੇ ਮੇਰੇ ਬੋਸ ਅੱਲਾ ਵਾਸਤੇ ਮੈਂ ਤੇ ਮੇਰੇ ਬੋਸ ਦਾ ਕਜ਼ਨ